ਨੈੱਟਵਰਕ ਬੰਦ ਕਰ ਦੇਣੇ, ਸੜਕਾਂ ਚ ਕਿੱਲ ਠੋਕਣੇ, ਪੱਥਰ ਖਿਲਾਰਨੇ, ਤਾਰਾਂ ਖਿਲਾਰਨੀਆਂ, ਸੜਕਾਂ ਦੇ ਵੱਡੇ ਵੱਡੇ ਅਗਲੇ ਬੰਨੇ ਪਹਾੜ ਖੜੇ ਕਰ ਦੇਣੇ। ਤੁਹਾਡੇ ਕੋਲ ਕਿਹੜੀ ਐਸੀ ਇਹਨਾਂ ਨੇ ਕੋਈ ਅੱਤਵਾਦੀ ਇਕੱਠੇ ਹੋ ਕੇ ਆ ਗਏ ਜਿਹੜਾ ਤੁਸੀਂ ਪਾਕਿਸਤਾਨ ਤੇ ਚੀਨ ਦਾ ਬਾਰਡਰ ਪੰਜਾਬ ਨੂੰ ਬਣਾ ਦਿੱਤਾ। ਦੂਸਰੇ ਬੰਨੇ ਅੱਜ ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸਦਭਾਵਨਾ ਦਲ ਵੱਲੋਂ ਕਿਸਾਨ ਭਰਾਵਾਂ ਲਈ ਅਰਦਾਸ ਕਰਕੇ ਆਏ ਹਾਂ। ਪੰਜਾਬ ਦੀ ਕਿਸਾਨੀ ਲਈ, ਪੰਜਾਬ ਦੀ ਖੇਤੀ ਲਈ ਪੰਜਾਬ ਦੇ ਕਿਸਾਨ ਭਰਾਵਾਂ ਵੱਲੋਂ ਜਿਹੜਾ ਮੋਰਚਾ ਮੁੜ ਆਰੰਭ ਕਰਨ ਵਾਸਤੇ ਦਿੱਲੀ ਨੂੰ ਕੂਚ ਕੀਤਾ ਹੈ, ਅੱਜ ਅਸੀਂ ਉਹਨਾਂ ਦੀ ਦੇਗ ਕਰਾ ਕੇ ਅਰਦਾਸ ਕਰਕੇ ਆਏ ਹਾਂ। ਪੰਜਾਬ ਤੇ ਪੰਜਾਬ ਦੇ ਸਿੱਖਾਂ ਦਾ, ਕਿਸਾਨਾਂ ਦਾ, ਖੇਤੀ ਦਾ ਇੰਨੀ ਵੀ ਇੰਤਹਾ ਨਾ ਕਰੋ ਕਿ ਸਾਡਾ ਜਿਹੜਾ ਸਾਡਾ ਸਬਰ ਹੈ ਉਹਦਾ ਜਿਹੜਾ ਕੜ ਕਿਤੇ ਟੁੱਟ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜੇ ਪਾਪ ਕੁਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਮੌਜੂਦਾ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ, ਪ੍ਰਧਾਨ ਮੰਤਰੀ ਮੋਦੀ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਜਿਹੜੇ ਕਿਸਾਨ ਮਾਰੂ ਫੈਸਲੇ ਲਏ ਗਏ, ਖੇਤੀ ਪੰਜਾਬ ਦੀ ਖਤਮ ਕਰਨ ਵਾਸਤੇ ਫੈਸਲੇ ਲਏ ਗਏ, ਉਹਨਾਂ ਦੇ ਖਿਲਾਫ ਉਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਪਿੱਛੇ ਵੀ ਸੰਘਰਸ਼ ਚੱਲਿਆ, ਜਿਹਦੇ ਵਿੱਚ ਕਰੀਬਨ 700 ਦੇ ਕਿਸਾਨ ਜਿਹੜੇ ਸੀ ਉਹ ਸ਼ਹੀਦੇ ਜਾਮ ਪੀ ਗਏ, ਕਈ ਫੱਟੜ ਹੋਏ, ਬਹੁਤ ਵੱਡਾ ਨੁਕਸਾਨ ਹੋਇਆ। ਤੇ ਅਜੇ ਉਹ ਪਿਛਲਾ ਸਾਲ ਲੰਘ ਕੇ ਦੂਸਰਾ ਹੋਇਆ ਤੇ ਦੂਸਰੇ ਚ ਫਿਰ ਉਹੀ ਸੰਘਰਸ਼ ਮੁੜ ਆਰੰਭ ਹੋ ਗਿਆ। ਅਸੀਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਕਿਸਾਨ ਮਾਰੂ, ਖੇਤੀ ਮਾਰੂ ਕਾਨੂੰਨ ਨਾ ਪਾਸ ਕੀਤੇ ਜਾਣ, ਪਰ ਨਾ ਹੀ ਉਹਨਾਂ ਤੇ ਤਸ਼ੱਦਦ ਕੀਤਾ ਜਾਏ। ਨੈੱਟਵਰਕ ਬੰਦ ਕਰ ਦੇਣੇ, ਸੜਕਾਂ ਚ ਕਿੱਲ ਠੋਕਣੇ, ਪੱਥਰ ਖਿਲਾਰਨੇ, ਤਾਰਾਂ ਖਿਲਾਰਨੀਆਂ, ਸੜਕਾਂ ਦੇ ਵੱਡੇ ਵੱਡੇ ਅਗਲੇ ਬੰਨੇ ਪਹਾੜ ਖੜੇ ਕਰ ਦੇਣੇ। ਇਹ ਗਣਤੰਤਰ ਦੀ ਗੱਲ ਕਰਨ ਵਾਲੇ ਉਹ ਜਮਹੂਰੀਅਤ ਦਾ ਘਾਣ ਹੈ, ਮਨੁੱਖੀ ਅਧਿਕਾਰਾਂ ਦੀ ਆਵਾਜ਼ ਦਾ ਕਤਲ ਹੈ। ਕਿਧਰੇ ਜਰਮਨ, ਫਰਾਂਸ ਵਿੱਚ ਵੀ ਕਿਸਾਨਾਂ ਨੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦਿਆਂ ਵਿਰੋਧ ਕੀਤਾ। ਉਹਨਾਂ ਨੇ ਲੋਕ ਸਭਾ, ਵਿਧਾਨ ਸਭਾ ਦੇ ਆਲੇ ਦੁਆਲੇ ਟਰੈਕਟਰ ਘੁਮਾ ਕੇ ਉੱਥੇ ਗੋਹਾ ਟਰਾਲੀਆਂ ਦੀਆਂ ਟਰਾਲੀਆਂ ਸੁੱਟ ਦਿੱਤਾ ਗਿਆ, ਪਰ ਕਿਸੇ ਬਾਹਰੀ ਸਰਕਾਰ ਨੇ ਕਿਸਾਨਾਂ ਤੇ ਨਾ ਗੋਲੀ ਚਲਾਈ, ਨਾ ਕੋਈ ਡੰਡੇ ਵਰਾਏ, ਨਾ ਕੋਈ ਅਥਰੂ ਗੈਸ ਸੁੱਟੀ, ਨਾ ਕਿਸੇ ਦੇ ਸਿਰ ਪਾੜੇ। ਤੁਹਾਡੇ ਕੋਲ ਕਿਹੜੀ ਐਸੀ ਇਹਨਾਂ ਨੇ ਕੋਈ ਅੱਤਵਾਦੀ ਇਕੱਠੇ ਹੋ ਕੇ ਆ ਗਏ ਜਿਹੜਾ ਤੁਸੀਂ ਪਾਕਿਸਤਾਨ ਤੇ ਚੀਨ ਦਾ ਬਾਰਡਰ ਪੰਜਾਬ ਨੂੰ ਬਣਾ ਦਿੱਤਾ ਹੈ? ਇਹ ਤੁਹਾਡੇ ਵਾਸਤੇ ਠੀਕ ਨਹੀਂ। ਅਸੀਂ ਇਹਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਔਰ ਮੋਦੀ ਸਰਕਾਰ ਨੂੰ ਕਹਿੰਦੇ ਅਜੇ ਵੀ ਸਮਾਂ ਹੈ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਤੁਸੀਂ ਕਿਹਾ ਸੀ ਅਸੀਂ ਕਿਸਾਨ ਮਾਰੂ ਜਿਹੜੇ ਲੱਗ ਰਹੇ ਨੇ ਕਾਨੂੰਨ, ਖੇਤੀ ਮਾਰੂ ਨੇ, ਅਸੀਂ ਉਹਨਾਂ ਨੂੰ ਵਾਪਸ ਲੈਂਦੇ ਹਾਂ ਤੇ ਹਰ ਤਰ੍ਹਾਂ ਦਾ ਖਿਆਲ ਰੱਖਾਂਗੇ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਕਹੇ ਹੋਏ ਬੋਲਾਂ ਨੂੰ ਯਾਦ ਕਰੋ, ਉਹਨਾਂ ਨੂੰ, ਕਾਨੂੰਨਾਂ ਨੂੰ ਵਾਪਸ ਲਓ। ਦੂਸਰੇ ਬੰਨੇ ਅੱਜ ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸਦਭਾਵਨਾ ਦਲ ਵੱਲੋਂ ਕਿਸਾਨ ਭਰਾਵਾਂ ਲਈ ਅਰਦਾਸ ਕਰਕੇ ਆਏ ਹਾਂ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬ ਹੂੰ ਨਾ ਛੱਡੈ ਖੇਤ। ਪੰਜਾਬ ਦੀ ਕਿਸਾਨੀ ਲਈ, ਪੰਜਾਬ ਦੀ ਖੇਤੀ ਲਈ ਪੰਜਾਬ ਦੇ ਕਿਸਾਨ ਭਰਾਵਾਂ ਵੱਲੋਂ ਜਿਹੜਾ ਮੋਰਚਾ ਮੁੜ
ਆਰੰਭ ਕਰਨ ਵਾਸਤੇ ਦਿੱਲੀ ਨੂੰ ਕੂਚ ਕੀਤਾ ਹੈ। ਅੱਜ ਅਸੀਂ ਉਹਨਾਂ ਦੀ ਦੇਗ ਕਰਾ ਕੇ ਅਰਦਾਸ ਕਰਕੇ ਆਏ ਹਾਂ। ਸਤਿਗੁਰੂ ਉਹਨਾਂ ਕਿਸਾਨ ਭਰਾਵਾਂ ਨੂੰ ਚੜ੍ਹਦੀ ਕਲਾ ਬਖਸ਼ਿਓ, ਆਪਸੀ ਪਿਆਰ ਬਖਸ਼ਿਓ, ਸਿਹਤ ਜਾਬੀਆਂ ਬਖਸ਼ਿਓ, ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਓ, ਕਿਸਾਨ ਆਗੂਆਂ ਦੀ ਏਕਤਾ ਰੱਖਿਓ ਤਾਂ ਕਿ ਉਹ ਜਬਰ ਦਾ ਮੁਕਾਬਲਾ ਸਬਰ ਨਾਲ ਕਰਕੇ ਇਸ ਅਰੰਭੇ ਸੰਘਰਸ਼ ਨੂੰ ਉਹ ਫਤਿਹ ਕਰ ਸਕਣ। ਅੱਜ ਉਹਨਾਂ ਦੀ ਵੀ ਅਸੀਂ ਅਰਦਾਸ ਕਰਕੇ ਆਏ ਹਾਂ। ਅਤੇ ਤੀਸਰੀ ਗੱਲ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ, ਪੰਜਾਬ ਅਤੇ ਪੰਜਾਬ ਦੇ ਸਿੱਖਾਂ ਦਾ, ਕਿਸਾਨਾਂ ਦਾ, ਖੇਤੀ ਦਾ ਇੰਨੀ ਵੀ ਇੰਤਹਾ ਨਾ ਕਰੋ ਕਿ ਸਾਡਾ ਜਿਹੜਾ ਸਾਡਾ ਸਬਰ ਹੈ ਉਹਦਾ ਜਿਹੜਾ ਕੜ ਕਿਤੇ ਟੁੱਟ ਜਾਏ। ਕਿਉਂ? ਗੁਰੂ ਨਾਨਕ ਸਾਹਿਬ ਨੇ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਆਖਿਆ। ਇਹਦੇ ਲਈ ਹਰ ਸਿੱਖ ਹਰ ਮਨੁੱਖ ਨਿਸ਼ਾਵਰ ਹੁੰਦਾ ਹੈ। ਇਹਦੇ ਕਰਕੇ ਹੀ ਹਰ ਜੀਵ ਜੰਤੂ ਪਸ਼ੂ ਪੰਛੀ ਅਤੇ ਮਾਨਵਤਾ ਸੁੱਖ ਮਾਣਦੀ ਹੈ। ਅਗਰ ਤੁਸੀਂ ਇਹਦੇ 'ਤੇ ਕੁਹਾੜਾ ਚੁੱਕ ਲਿਆ ਤਾਂ ਫਿਰ ਇਹਨਾਂ ਨੂੰ ਬਾਬਾ ਦੀਪ ਸਿੰਘ ਬਣ ਕੇ ਲਕੀਰ ਖਿੱਚਣੀ ਪਊ। ਅੱਜ ਤੁਸੀਂ ਬਾਰਡਰ ਬਣਾ ਰਹੇ ਹੋ, ਜੇ ਕਿਤੇ ਇਹਨਾਂ ਨੇ ਲਕੀਰ ਖਿੱਚ ਕੇ ਬਾਰਡਰ ਬਣਾ ਦਿੱਤੇ ਨਾ, ਚੇਤੇ ਰੱਖ ਲਿਓ, ਫਿਰ ਬਾਬਾ ਦੀਪ ਸਿੰਘ ਤੁਸੀਂ ਤੇ ਗੋਲੇ ਮਾਰਦੇ ਹੋ ਨਾ, ਇਹ ਲੱਥੇ ਹੋਏ ਸਿਰਾਂ ਨਾਲ ਵੀ ਇਹ ਮੈਦਾਨ ਫਤਿਹ ਕਰਨੇ ਜਾਣਦੇ ਨੇ। ਇਸ ਇਤਿਹਾਸ ਨੂੰ ਚੇਤੇ ਰੱਖ ਲਿਓ। ਆਓ ਪੰਜਾਬ ਵਾਲਿਓ, ਤਕੜੇ ਹੋ ਕੇ ਹਰਿਆਣਾ ਪੰਜਾਬ ਸਾਰਿਆਂ ਨੂੰ ਬੇਨਤੀ ਕਰਦਾ, ਕਿਸਾਨਾਂ ਦਾ ਸਾਥ ਦਿਓ। ਦੂਸਰਾ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ, ਜਾਂ ਜਿਹੜੇ ਕਿਸਾਨਾਂ ਦੇ ਮਗਰ ਵੀਰ ਗਏ ਹੋਏ ਨੇ ਉਹਨਾਂ ਨੂੰ ਦਿੱਲੀ ਦੇ ਵਿੱਚ, ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ ਕਾਨੂੰਨੀ ਮਦਦ ਦੀ ਲੋੜ ਪਈ ਤੇ ਸਾਡੇ ਵੱਲੋਂ ਐਡਵੋਕੇਟ, ਸਾਡੇ ਵਕੀਲਾਂ ਦਾ ਪੈਨਲ ਤੁਹਾਡੇ ਲਈ ਤਿਆਰ ਬੈਠਾ ਹੈ, ਜਿਹੜਾ ਹਰ ਤਰ੍ਹਾਂ ਦੀ ਤੁਹਾਡੀ ਲੜਾਈ ਜਾ ਕੇ ਅਦਾਲਤ ਵਿੱਚ ਲੜਨ ਨੂੰ ਤਿਆਰ ਹੈ। ਕਿਰਪਾ ਕਰਕੇ ਸਾਡੇ ਤੁਸੀਂ ਨੰਬਰਾਂ ਤੇ ਸੰਪਰਕ ਕਰ ਲਿਓ। ਅਸੀਂ ਆਪਣੇ ਫੇਸਬੁੱਕ ਰਾਹੀਂ ਜਾਂ ਵਟਸਐਪ ਰਾਹੀਂ ਤੁਹਾਡੇ ਸਾਹਮਣੇ ਉਹ ਨੰਬਰ ਵੀ ਨਸ਼ਰ ਕਰਾਂਗੇ ਕਿ ਕਿਸਾਨ ਭਰਾਵਾਂ ਨੂੰ ਅਗਰ ਕਾਨੂੰਨੀ ਤੌਰ ਤੇ ਕਿਤੇ ਲੋੜ ਪਵੇ, ਅਸੀਂ ਉੱਥੇ ਵੀ ਸਾਡੀ ਵਕੀਲ ਸਹਿਬਾਨਾਂ ਦੀ ਇੱਕ ਟੀਮ ਤੁਹਾਡੇ ਲਈ ਤਤਪਰ ਹੈ, ਹਾਜ਼ਰ ਹੋਊ। ਆਓ ਰਲ ਮਿਲ ਕੇ ਸਾਰੇ ਇਹਨਾਂ ਮੋਰਚਿਆਂ ਨੂੰ ਫਤਿਹ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।